ਜੀਜੂ ਨੇ ਕਿਹਾ, ਸਾਲੀ ਸਾਹਿਬਾ, ਅੱਜ ਮੇਰੀ ਮੈਰਿਜ ਐਨਵਰਸਰੀ ਹੈ। ਦੱਸ ਮੈਨੂੰ ਕਿਹੜਾ ਗਿਫਟ ਦੇਵੇਂਗੀ? ਤੇਰੀ ਭੈਣ ਤਾਂ ਘਰ ਵਿੱਚ ਨਹੀਂ ਹੈ। ਇਹ ਕਹਿੰਦੇ ਹੋਏ ਜੀਜੂ ਮਿੰਨਾ ਮਿੰਨਾ ਹੱਸਦੇ ਹੋਏ ਮੈਨੂੰ ਉੱਪਰੋਂ ਲੈ ਕੇ ਨੀਚੇ ਤੱਕ ਵੇਖ ਰਹੇ ਸਨ। ਮੈਂ ਜੀਜੂ ਦੇ ਇਰਾਦੇ ਸਮਝ ਗਈ। ਉਸਦਾ ਇਰਾਦਾ ਮੇਰੀ ਗੁਫਾ ਵੱਲ ਸੀ। ਉਹ ਮੇਰੇ ਨਾਲ ਕ੍ਰਿਕਟ ਖੇਡਣਾ ਚਾਹੁੰਦੇ ਸਨ। ਇਹ ਸੁਣ ਕੇ ਮੈਂ ਸ਼ਰਮਾ ਕੇ ਰਸੋਈ ਵਿੱਚ ਚਲੀ ਗਈ। ਉਹ ਪਿੱਛੋਂ ਆ ਕੇ ਮੇਰੇ ਸੰਤਰਿਆਂ ਨੂੰ ਦਬਾਉਣ ਲੱਗੇ। ਜਦੋਂ ਮੈਂ ਜੀਜੂ ਨੂੰ ਹਟਾਉਣ ਲੱਗੀ ਤਾਂ ਜੀਜੂ ਨੇ ਕਿਹਾ, ਪਲੀਜ਼ ਅੱਜ ਨਾ ਰੋਕ ਮੈਨੂੰ, ਅੱਜ ਮੇਰਾ ਬਹੁਤ ਮਨ ਹੋ ਰਿਹਾ ਹੈ। ਅੱਜ ਤੇਰੀ ਭੈਣ ਵੀ ਘਰ ਨਹੀਂ ਹੈ, ਅੱਜ ਮੇਰੀ ਐਨੀਵਰਸਰੀ ਵੀ ਹੈ, ਪਲੀਜ਼ ਮੈਨੂੰ ਇਹ ਗਿਫਟ ਦੇ ਦੇ। ਹੈਲੋ ਦੋਸਤੋ, ਸਾਡੀ ਇੱਕ ਹੋਰ ਕਹਾਣੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕਹਾਣੀ ਸੁਣਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ, ਪਲੀਜ਼ ਫਰੈਂਡਸ। ਤਾਂ ਆਓ ਕਹਾਣੀ ਸ਼ੁਰੂ ਕਰੀਏ। ਮੇਰਾ ਨਾਮ ਮਾਨਸੀ ਹੈ। ਮੇਰੀ ਹਾਈਟ 5'3" ਹੈ। ਮੇਰੀ ਉਮਰ 23 ਸਾਲ ਹੈ। ਮੈਂ ਦੇਖਣ ਵਿੱਚ ਬਹੁਤ ਹੀ ਸੁੰਦਰ ਹਾਂ। ਮੇਰੇ ਕੋਲ 2 ਸੰਤਰੇ ਨੇ ਜੋ ਬਹੁਤ ਹੀ ਮੋਟੇ ਅਤੇ ਭਰੇ ਹੋਏ ਨੇ, ਅਤੇ 2 ਬੜੇ ਸਾਈਜ਼ ਦੇ ਤਰਬੂਜ਼ ਵੀ ਹਨ ਜੋ ਹੌਲੀ ਹੌਲੀ ਰਫ਼ਤਾਰ ਦੇ ਨਾਲ ਵੱਧਦੇ ਜਾ ਰਹੇ ਹਨ। ਉਹ ਹਮੇਸ਼ਾ ਤਣੇ ਹੀ ਰਹਿੰਦੇ ਹਨ, ਜੋ ਸੋਹਣੇ ਤੋਂ ਸੋਹਣੇ ਮੁੰਡਿਆਂ ਦਾ ਵੀ ਬੁਰਾ ਹਾਲ ਕਰ ਦਿੰਦੇ ਨੇ। ਮੇਰਾ ਰੰਗ ਦੁੱਧ ਵਰਗਾ ਗੋਰਾ ਚਿੱਟਾ ਹੈ। ਇਹ ਗੱਲ ਉਸ ਸਮੇਂ ਦੀ ਹੈ ਜਦੋਂ ਮੇਰੀ ਦੀਦੀ ਪ੍ਰੈਗਨੈਂਟ ਸੀ ਅਤੇ ਬੱਚੇ ਨੂੰ ਜਨਮ ਦੇਣ ਵਾਲੀ ਸੀ। ਉਸ ਸਮੇਂ ਜੀਜੂ ਨੇ ਦੀਦੀ ਨੂੰ ਕਿਹਾ ਕਿ ਕੁਝ ਦਿਨਾਂ ਲਈ ਮਾਨਸੀ ਨੂੰ ਆਪਣੇ ਕੋਲ ਬੁਲਾ ਲੈ ਤਾਂ ਜੋ ਤੈਨੂੰ ਹੈਲਪ ਹੋ ਜਾਵੇਗੀ। ਵੈਸੇ ਵੀ ਡਾਕਟਰ ਨੇ ਤੈਨੂੰ ਰੈਸਟ ਕਰਨ ਲਈ ਕਿਹਾ ਹੈ। ਦੀਦੀ ਨੇ ਅਗਲੇ ਦਿਨ ਮੰਮੀ ਨੂੰ ਫੋਨ ਕੀਤਾ ਅਤੇ ਮੈਨੂੰ ਕੁਝ ਦਿਨਾਂ ਲਈ ਆਪਣੇ ਕੋਲ ਭੇਜਣ ਲਈ ਕਿਹਾ। ਫਿਰ ਮੇਰਾ ਭਰਾ ਅਤੇ ਮੰਮੀ ਮੈਨੂੰ ਦੀਦੀ ਦੇ ਘਰ ਛੱਡਣ ਚਲੇ ਗਏ। ਉਸ ਦਿਨ ਜਦੋਂ ਮੈਂ ਘਰ ਪਹੁੰਚੀ ਤਾਂ ਜੀਜੂ ਸ਼ਾਮ ਨੂੰ ਆਫਿਸ ਤੋਂ ਘਰ ਆਏ ਅਤੇ ਮੈਨੂੰ ਵੇਖਦਿਆਂ ਹੀ ਬੋਲੀ, ਸਾਲੀ ਸਾਹਿਬਾ ਆ ਗਏ, ਹੋਰ ਕਿਵੇਂ ਆ ਮਾਨਸੀ? ਮੈਂ ਕਿਹਾ, ਮੈਂ ਠੀਕ ਹਾਂ ਜੀਜੂ ਜੀ, ਤੁਸੀਂ ਦੱਸੋ ਕਿਵੇਂ ਹੋ? ਪਰ ਜੀਜੂ ਦਾ ਸਾਰਾ ਧਿਆਨ ਤਾਂ ਮੇਰੇ ਸੰਤਰਿਆਂ ਵੱਲ ਸੀ। ਫਿਰ ਅਸੀਂ ਸਾਰੇ ਬੈਠ ਕੇ ਗੱਲਾਂ ਕਰਨ ਲੱਗ ਪਏ। ਸਰਦੀ ਦੀ ਰੁੱਤ ਕਾਰਨ ਠੰਡ ਬਹੁਤ ਹੋ ਰਹੀ ਸੀ। ਰਾਤ ਨੂੰ ਸੌਣ ਦੀ ਤਿਆਰੀ ਹੋਣ ਲੱਗੀ। ਦੀਦੀ, ਜੀਜੂ ਅਤੇ ਮੈਂ ਇੱਕ ਹੀ ਕਮਰੇ ਵਿੱਚ ਸੌਂ ਗਏ ਅਤੇ ਮੰਮੀ ਅਤੇ ਮੇਰਾ ਭਰਾ ਦੂਜੇ ਕਮਰੇ ਵਿੱਚ ਸੌਂ ਗਏ। ਅਗਲੇ ਦਿਨ ਮੰਮੀ ਅਤੇ ਮੇਰੇ ਭਰਾ ਦੀਦੀ ਨੂੰ ਮਿਲ ਕੇ ਚਲੇ ਗਏ ਅਤੇ ਮੈਂ ਦੀਦੀ ਦੇ ਘਰ ਰੁਕ ਗਈ। ਹੁਣ ਮੈਂ ਘਰ ਦੇ ਸਾਰੇ ਕੰਮ ਕਰਦੀ ਰਹਿੰਦੀ। ਜੀਜੂ ਸਵੇਰੇ ਆਫਿਸ ਚਲੇ ਜਾਂਦੇ ਅਤੇ ਸ਼ਾਮ ਨੂੰ ਘਰ ਆਉਂਦੇ। ਜੀਜੂ ਮੇਰੇ ਨਾਲ ਗੱਲਾਂ ਕਰਦੇ ਰਹਿੰਦੇ ਅਤੇ ਗੱਲਾਂ ਗੱਲਾਂ ਵਿੱਚ ਮੈਨੂੰ ਛੇੜਦੇ ਰਹਿੰਦੇ। ਮੈਂ ਜੀਜੂ ਨੂੰ ਪੁੱਛਿਆ ਕਿ ਤੁਸੀਂ ਦੀਦੀ ਨਾਲ ਅਜਿਹਾ ਕੀ ਕੀਤਾ ਜੋ ਮੇਰੀ ਦੀਦੀ ਦੀ ਅਜਿਹੀ ਹਾਲਤ ਹੋ ਗਈ ਹੈ? ਤਾਂ ਜੀਜੂ ਨੇ ਕਿਹਾ, ਸਾਲੀ ਜੀ, ਜੇਕਰ ਤੁਸੀਂ ਕਹੋ ਤਾਂ ਮੈਂ ਤੁਹਾਡੀ ਵੀ ਅਜਿਹੀ ਹਾਲਤ ਕਰ ਦੇਵਾਂਗਾ। ਇਹ ਕਹਿ ਕੇ ਜੀਜੂ ਨੇ ਹੱਸਦੇ ਹੋਏ ਆਪਣੇ ਨਾਗਰਾਜ ਨੂੰ ਰਗੜਨਾ ਸ਼ੁਰੂ ਕਰ ਦਿੱਤਾ। ਮੈਨੂੰ ਬਹੁਤ ਸ਼ਰਮ ਆਉਣ ਲੱਗੀ। ਜਦੋਂ ਮੈਂ ਰਸੋਈ ਵਿੱਚ ਕੰਮ ਕਰਦੀ ਤਾਂ ਜੀਜੂ ਮੈਨੂੰ ਪਿੱਛੋਂ ਫੜ ਲੈਂਦੇ ਅਤੇ ਮੇਰੇ ਸੰਤਰਿਆਂ ਨੂੰ ਦਬਾਉਣ ਲੱਗ ਜਾਂਦੇ। ਮੈਂ ਉਹਨਾਂ ਨੂੰ ਕਹਿੰਦੀ ਕਿ ਹਟ ਜਾਓ ਜੀਜੂ, ਦੀਦੀ ਆ ਜਾਏਗੀ। ਫਿਰ ਉਹ ਕਹਿੰਦੇ, ਕੋਈ ਨਹੀਂ ਆਵੇਗਾ, ਬਸ ਤੂੰ ਕੰਮ ਕਰਦੀ ਰਹਿ। ਦੋਸਤੋ, ਦੀਦੀ ਦੇ ਘਰ ਦੀ ਹੇਠਾਂ ਵਾਲੀ ਮੰਜ਼ਿਲ 'ਤੇ ਦੀਦੀ ਦੀ ਸੱਸ ਅਤੇ ਦੀਦੀ ਦਾ ਦਿਓਰ ਰਹਿੰਦੇ ਨੇ। ਦੀਦੀ ਜ਼ਿਆਦਾਤਰ ਹੇਠਾਂ ਹੀ ਹੁੰਦੀ ਸੀ ਕਿਉਂਕਿ ਉਹਨਾਂ ਦੇ ਗੋਡਿਆਂ ਵਿੱਚ ਦਰਦ ਰਹਿੰਦਾ ਸੀ। ਪਰ ਜੇ ਮੇਰੇ ਆਲੇ ਦੁਆਲੇ ਕੋਈ ਨਹੀਂ ਹੁੰਦਾ ਤਾਂ ਮੇਰੀ ਦੀਦੀ ਦਾ ਦਿਓਰ ਵੀ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ। ਆਂਢ ਗੁਆਂਢ ਦੇ ਮੁੰਡੇ ਅਤੇ ਮੇਰੇ ਰਿਸ਼ਤੇਦਾਰਾਂ ਦੇ ਬਹੁਤ ਸਾਰੇ ਮੁੰਡੇ ਮੇਰੇ ਨਾਲ ਕ੍ਰਿਕਟ ਖੇਡਣ ਦੇ ਜੁਗਾੜ 'ਚ ਲੱਗੇ ਰਹਿੰਦੇ ਸਨ, ਪਰ ਮੈਂ ਕਦੇ ਕਿਸੇ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦੀ। ਮੇਰੀ ਦੀਦੀ ਨੂੰ ਵੀ ਇਹ ਸਭ ਪਸੰਦ ਨਹੀਂ ਸੀ। ਦੀਦੀ ਮੈਨੂੰ ਕਹਿੰਦੀ ਸੀ ਕਿ ਅੱਜ ਕੱਲ੍ਹ ਮੁੰਡੇ ਸਿਰਫ ਮੌਜ ਮਸਤੀ ਹੀ ਕਰਨਾ ਚਾਹੁੰਦੇ ਨੇ ਅਤੇ ਜੇ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਫਰੈਸ਼ ਗੁਫਾ ਮਿਲ ਜਾਵੇ ਤਾਂ ਫਿਰ ਕੀ ਕਹਿਣਾ, ਕਿਉਂਕਿ ਦੀਦੀ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਸੀ।
ਇੱਕ ਰਾਤ ਅਸੀਂ ਰਾਤ ਦਾ ਖਾਣਾ ਖਾ ਕੇ ਲੇਟ ਰਹੇ ਸੀ ਕਿ ਅਚਾਨਕ 11 ਵਜੇ ਮੇਰੀ ਦੀਦੀ ਨੂੰ ਦਰਦ ਸ਼ੁਰੂ ਹੋ ਗਿਆ। ਜਦੋਂ ਦੀਦੀ ਦੀ ਹਾਲਤ ਵਿਗੜਨ ਲੱਗੀ ਤਾਂ ਜੀਜੂ ਨੇ ਕਾਰ ਕੱਢੀ ਅਤੇ ਦੀਦੀ ਨੂੰ ਹਸਪਤਾਲ ਲਿਜਾ ਕੇ ਦਾਖਲ ਕਰਵਾ ਦਿੱਤਾ। ਉਸਦੀ ਸੱਸ ਵੀ ਮੇਰੀ ਦੀਦੀ ਦੇ ਨਾਲ ਹੀ ਗਈ ਸੀ। ਮੈਂ ਅਤੇ ਮੇਰੀ ਦੀਦੀ ਦਾ ਦਿਓਰ ਅਸੀਂ ਘਰ ਵਿੱਚ ਇਕੱਲੇ ਸੀ। ਮੈਨੂੰ ਬਹੁਤ ਡਰ ਲੱਗਦਾ ਸੀ ਕਿ ਕਿਤੇ ਮੇਰੀ ਦੀਦੀ ਦਾ ਦਿਓਰ ਉੱਪਰ ਆ ਕੇ ਮੇਰੇ ਨਾਲ ਕੁਝ ਗਲਤ ਨਾ ਕਰ ਦੇਵੇ, ਪਰ ਅਜਿਹਾ ਕੁਝ ਨਹੀਂ ਹੋਇਆ। ਸਵੇਰੇ ਜੀਜੂ ਘਰ ਆਏ ਅਤੇ ਕਹਿਣ ਲੱਗੇ, ਸਾਲੀ ਸਾਹਿਬਾ, ਤੂੰ ਮਾਸੀ ਬਣ ਗਈ ਹੈ, ਤੇਰੀ ਦੀਦੀ ਨੇ ਮੁੰਡੇ ਨੂੰ ਜਨਮ ਦਿੱਤਾ ਹੈ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋਈ ਅਤੇ ਮੈਂ ਜੀਜੂ ਨੂੰ ਵਧਾਈ ਦਿੱਤੀ। ਫਿਰ ਜੀਜੂ ਨੇ ਮੇਰੇ ਸੰਤਰਿਆਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ। ਮੈਂ ਜੀਜੂ ਨੂੰ ਰੋਕਿਆ ਪਰ ਉਹ ਨਹੀਂ ਹਟੇ ਅਤੇ ਉਹਨਾਂ ਨੇ ਮੈਨੂੰ ਕਿਸ ਕਰਨਾ ਸ਼ੁਰੂ ਕਰ ਦਿੱਤਾ। ਮੈਂ ਉਹਨਾਂ ਨੂੰ ਛੱਡਣ ਲਈ ਕਿਹਾ ਤਾਂ ਜੀਜੂ ਨੇ ਕਿਹਾ, ਸਾਲੀ ਸਾਹਿਬਾ, ਅੱਜ ਮੈਨੂੰ ਨਾ ਰੋਕ, ਮੇਰਾ ਬਹੁਤ ਮਨ ਕਰ ਰਿਹਾ ਹੈ। ਪਿਛਲੇ 8 ਮਹੀਨਿਆਂ ਤੋਂ ਮੈਂ ਬਹੁਤ ਹੀ ਭੁੱਖਾ ਅਤੇ ਪਿਆਸਾ ਹਾਂ। ਤੇਰੀ ਦੀਦੀ ਨੇ ਤਾਂ ਮੈਨੂੰ ਹੱਥ ਵੀ ਨਹੀਂ ਲਗਾਉਣ ਦਿੱਤਾ ਸੀ, ਇਸ ਲਈ ਹੁਣ ਨਾ ਕਰੀ। ਮੈਂ ਕਿਹਾ, ਨਹੀਂ ਜੀਜੂ, ਪਲੀਜ਼ ਮੈਨੂੰ ਛੱਡ ਦਿਓ, ਦੀਦੀ ਨੂੰ ਪਤਾ ਲੱਗ ਜਾਵੇਗਾ। ਇਹ ਕਹਿ ਕੇ ਮੈਂ ਆਪਣੇ ਆਪ ਨੂੰ ਜੀਜੂ ਦੀ ਕੈਦ 'ਚੋਂ ਛੁਡਾਇਆ ਅਤੇ ਨਹਾਉਣ ਲਈ ਬਾਥਰੂਮ ਵੱਲ ਚਲੀ ਗਈ। ਉਦੋਂ ਹੀ ਜੀਜੂ ਨੇ ਆ ਕੇ ਮੈਨੂੰ ਬਾਥਰੂਮ ਦਾ ਦਰਵਾਜ਼ਾ ਖੋਲ੍ਹਣ ਲਈ ਕਿਹਾ, ਪਰ ਮੈਂ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਮੈਂ ਨਹਾ ਕੇ ਬਾਹਰ ਆਈ ਤਾਂ ਜੀਜੂ ਮੇਰੇ ਵੱਲ ਵੇਖ ਕੇ ਹੱਸ ਰਹੇ ਸੀ। ਉਦੋਂ ਹੀ ਦੀਦੀ ਦਾ ਫੋਨ ਆ ਗਿਆ। ਉਹ ਕਹਿਣ ਲੱਗੀ ਕਿ ਨਰਸ ਨੇ ਬਾਜ਼ਾਰ 'ਚੋਂ ਕੁਝ ਦਵਾਈਆਂ ਲਿਆਉਣ ਲਈ ਕਿਹਾ ਹੈ। ਫਿਰ ਜੀਜੂ ਮੈਨੂੰ ਕਹਿਣ ਲੱਗੇ, ਮਾਨਸੀ, ਜਲਦੀ ਖਾਣਾ ਬਣਾ ਲੈ, ਮੈਂ ਤੇਰੀ ਦੀਦੀ ਲਈ ਵੀ ਖਾਣਾ ਲੈ ਕੇ ਜਾਣਾ ਹੈ। ਫਿਰ ਮੈਂ ਜਲਦੀ ਨਾਲ ਖਾਣਾ ਤਿਆਰ ਕਰ ਦਿੱਤਾ। ਜੀਜੂ ਨੇ ਰੋਟੀ ਖਾਧੀ ਅਤੇ ਟਿਫਨ ਲੈ ਕੇ ਹਸਪਤਾਲ ਚਲੇ ਗਈ। ਫਿਰ ਮੈਂ ਸੌਂ ਗਈ। ਸ਼ਾਮ ਨੂੰ ਜੀਜੂ ਹਸਪਤਾਲ ਤੋਂ ਘਰ ਆਈ ਅਤੇ ਕਹਿਣ ਲੱਗੇ ਕਿ ਡਾਕਟਰ ਨੇ ਤੇਰੀ ਦੀਦੀ ਨੂੰ 2-3 ਦਿਨ ਦਾਖਲ ਰਹਿਣ ਲਈ ਕਿਹਾ ਹੈ ਕਿਉਂਕਿ ਉਸਨੂੰ ਬਹੁਤ ਜ਼ਿਆਦਾ ਕਮਜ਼ੋਰੀ ਹੋ ਗਈ ਹੈ, ਇਸ ਲਈ ਉਸਨੂੰ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ ਜਾ ਸਕਦੀ। ਜੀਜੂ ਨੇ ਕਿਹਾ, ਸਾਲੀ ਜੀ, ਚਾਹ ਬਣਾ ਲਓ। ਮੈਂ ਚਾਹ ਬਣਾ ਲਈ ਅਤੇ ਅਸੀਂ ਦੋਵੇਂ ਇਕੱਠੇ ਬੈਠ ਕੇ ਚਾਹ ਪੀਣ ਲੱਗੇ ਅਤੇ ਗੱਲਾਂ ਵੀ ਕਰਦੇ ਰਹੇ। ਸਾਡੀ ਗੱਲਬਾਤ ਦੌਰਾਨ ਜੀਜੂ ਨੇ ਦੱਸਿਆ ਕਿ ਕੱਲ੍ਹ ਨੂੰ ਸਾਡੇ ਵਿਆਹ ਨੂੰ 1 ਸਾਲ ਹੋ ਜਾਵੇਗਾ। ਫਿਰ ਮੈਨੂੰ ਯਾਦ ਆਇਆ, ਹਾਏ ਜੀਜੂ, ਕੱਲ੍ਹ ਤਾਂ ਤੁਹਾਡੀ ਮੈਰਿਜ ਐਨਵਰਸਰੀ ਹੈ, ਮੈਂ ਤਾਂ ਭੁੱਲ ਹੀ ਗਈ ਸੀ। ਪਰ ਦੀਦੀ ਦੇ ਹਸਪਤਾਲ ਵਿੱਚ ਹੋਣ ਕਾਰਨ ਜੀਜੂ ਥੋੜ੍ਹਾ ਉਦਾਸ ਹੋ ਗਏ। ਮੈਂ ਕਿਹਾ, ਕੋਈ ਗੱਲ ਨਹੀਂ ਜੀਜੂ, ਆਪਾਂ ਕੱਲ੍ਹ ਦੀਦੀ ਨੂੰ ਮਿਲਾਵਾਂਗੇ। ਅਗਲੇ ਦਿਨ ਜਦੋਂ ਮੈਂ ਜੀਜੂ ਦੇ ਨਾਲ ਦੀਦੀ ਨੂੰ ਮਿਲਣ ਹਸਪਤਾਲ ਗਈ ਤਾਂ ਦੀਦੀ ਮੁਸਕਰਾ ਰਹੀ ਸੀ। ਜੀਜੂ ਨੇ ਕਿਹਾ, ਜਾਨੂ, ਤੈਨੂੰ ਯਾਦ ਹੈ ਅੱਜ ਸਾਡੇ ਵਿਆਹ ਦੀ ਵਰ੍ਹੇਗੰਢ ਹੈ? ਤਾਂ ਦੀਦੀ ਕਹਿਣ ਲੱਗੀ, ਹਾਂਜੀ, ਯਾਦ ਹੈ। ਜੀਜੂ ਨੇ ਹੈਪੀ ਮੈਰਿਜ ਐਨਵਰਸਰੀ ਕਹਿੰਦੇ ਹੋਏ ਦੀਦੀ ਦਾ ਮੱਥਾ ਚੁੰਮਿਆ। ਜੀਜੂ ਕਹਿਣ ਲੱਗੇ, ਜਾਨੂ, ਜੇ ਤੂੰ ਘਰ ਹੁੰਦੀ ਤਾਂ ਆਪਾਂ ਪਾਰਟੀ ਕਰਦੇ ਅਤੇ ਖੂਬ ਮਜ਼ਾ ਆਉਣਾ ਸੀ। ਦੀਦੀ ਨੇ ਮਜ਼ਾਕ ਵਿੱਚ ਕਿਹਾ, ਮੈਂ ਘਰ ਨਹੀਂ ਹਾਂ ਤਾਂ ਕੀ ਹੋਇਆ, ਅੱਧੀ ਘਰ ਵਾਲੀ ਤਾਂ ਘਰ ਵਿੱਚ ਹੀ ਹੈ। ਫਿਰ ਦੀਦੀ ਕਹਿਣ ਲੱਗੀ ਕਿ ਫਿਰ ਕੀ ਹੋਇਆ, ਜਦੋਂ ਮੈਂ ਘਰ ਆਵਾਂਗੀ ਤਦ ਅਸੀਂ ਪਾਰਟੀ ਕਰ ਲਵਾਂਗੇ। ਜੀਜੂ ਆਪਣੇ ਪੁੱਤ ਨੂੰ ਗੋਦੀ ਵਿੱਚ ਲੈ ਕੇ ਖੇਡਣ ਲੱਗ ਪਏ। ਜੀਜੂ ਮੈਨੂੰ ਕਹਿਣ ਲੱਗੇ, ਦੇਖ ਮਾਨਸੀ, ਮੇਰੀ ਵਿਆਹ ਦੀ ਵਰ੍ਹੇਗੰਢ 'ਤੇ ਤੇਰੀ ਦੀਦੀ ਨੇ ਮੈਨੂੰ ਕਿੰਨਾ ਵੱਡਾ ਤੋਹਫ਼ਾ ਦਿੱਤਾ ਹੈ। ਸਾਲੀ ਜੀ, ਅੱਜ ਤੁਸੀਂ ਕੀ ਤੋਹਫ਼ਾ ਦਿਓਗੇ ਮੈਨੂੰ? ਇਹ ਕਹਿ ਕੇ ਜੀਜੂ ਮੇਰੇ ਵੱਲ ਤਿਰਛੀਆਂ ਨਜ਼ਰਾਂ ਨਾਲ ਵੇਖਣ ਲੱਗ ਪਏ। ਮੈਂ ਜੀਜੂ ਦੇ ਇਰਾਦੇ ਸਮਝ ਗਈ ਸੀ। ਉਹਨਾਂ ਦਾ ਇਸ਼ਾਰਾ ਗੁਫਾ ਵੱਲ ਸੀ। ਉਹ ਮੇਰੇ ਨਾਲ ਕ੍ਰਿਕਟ ਖੇਡਣਾ ਚਾਹੁੰਦੇ ਸੀ। ਮੈਂ ਸਮਝ ਗਈ ਕਿ ਅੱਜ ਜੀਜੂ ਮੈਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਣਗੇ।
ਸ਼ਾਮ ਨੂੰ ਮੈਂ ਅਤੇ ਜੀਜੂ ਘਰ ਆ ਗਏ। ਜਦੋਂ ਮੈਂ ਰਸੋਈ ਵਿੱਚ ਜਾ ਕੇ ਕੰਮ ਕਰਨ ਲੱਗੀ ਤਾਂ ਜੀਜੂ ਨੇ ਪਿੱਛੋਂ ਤੋਂ ਆ ਕੇ ਮੈਨੂੰ ਫੜ ਲਿਆ ਅਤੇ ਮੇਰੇ ਸੰਤਰਿਆਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਜੀਜੂ ਨੂੰ ਰੋਕਣ ਲੱਗੀ ਤਾਂ ਉਹਨਾਂ ਨੇ ਕਿਹਾ, ਨਹੀਂ ਮਾਨਸੀ, ਅੱਜ ਨਾ ਰੋਕੀ। ਇਹ ਕਹਿ ਕੇ ਉਹਨਾਂ ਨੇ ਮੈਨੂੰ ਆਪਣੇ ਵੱਲ ਮੋੜ ਕੇ ਘੁੱਟ ਕੇ ਜੱਫੀ ਪਾ ਲਈ। ਕਰੀਬ ਕੁਝ ਮਿੰਟਾਂ ਤੱਕ ਉਹ ਮੈਨੂੰ ਜੱਫੀ ਪਾ ਕੇ ਖੜ੍ਹੇ ਰਹੇ। ਫਿਰ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜੀਜੂ ਨੇ ਕਿਹਾ, ਜਾਨ, ਅੱਜ ਮੇਰੀ ਮੈਰਿਜ ਐਨਵਰਸਰੀ ਹੈ। ਜੇ ਤੇਰੀ ਭੈਣ ਇੱਥੇ ਨਹੀਂ ਹੈ ਤਾਂ ਕੀ ਹੋਇਆ? ਤੂੰ ਤਾਂ ਮੇਰੇ ਕੋਲ ਹੈ। ਮੈਂ ਤੁਹਾਡੇ ਨਾਲ ਇਸ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਹਾਂ। ਅੱਜ ਤੂੰ ਤਿਆਰ ਰਹੀ। ਮੈਂ ਸ਼ਰਮਾ ਕੇ ਨੀਵੀਂ ਪਾ ਲਈ। ਫਿਰ ਜੀਜੂ ਨੇ ਕਿਹਾ, ਮਾਨਸੀ, ਜਲਦੀ ਖਾਣਾ ਤਿਆਰ ਕਰ ਦੇ, ਮੈਂ ਛੇਤੀ ਤੇਰੀ ਭੈਣ ਨੂੰ ਖਾਣਾ ਦੇ ਆਵਾਂ। ਮੈਂ ਜਲਦੀ ਨਾਲ ਖਾਣਾ ਬਣਾਇਆ ਅਤੇ ਜੀਜੂ ਦੀਦੀ ਨੂੰ ਖਾਣਾ ਦੇਣ ਹਸਪਤਾਲ ਚਲੇ ਗਏ। ਦੀਦੀ ਲਈ ਖਾਣਾ ਘਰੋਂ ਹੀ ਜਾਂਦਾ ਸੀ। ਜਦੋਂ ਜੀਜੂ ਵਾਪਸ ਆਏ ਤਾਂ ਉਹਨਾਂ ਦੇ ਨਾਲ ਇੱਕ ਆਦਮੀ ਵੀ ਆਇਆ ਸੀ। ਉਸ ਆਦਮੀ ਨੇ ਸਾਡੇ ਲਈ ਕਮਰਾ ਸਜਾਉਣਾ ਸ਼ੁਰੂ ਕਰ ਦਿੱਤਾ। ਉਸ ਰਾਤ ਘਰ ਵਿੱਚ ਕੋਈ ਵੀ ਨਹੀਂ ਸੀ। ਦੀਦੀ ਦੀ ਸੱਸ ਅਤੇ ਦੀਦੀ ਦਾ ਦਿਓਰ ਹਸਪਤਾਲ 'ਚ ਦੀਦੀ ਦੇ ਕੋਲ ਹੀ ਸਨ। ਜੀਜੂ ਨੇ ਕਿਹਾ, ਮਾਨਸੀ, ਹੁਣ ਤੂੰ ਵੀ ਤਿਆਰ ਹੋ ਜਾ। ਉਹਨਾਂ ਨੇ ਮੈਨੂੰ ਮੇਰੀ ਦੀਦੀ ਦੇ ਵਿਆਹ ਦਾ ਲਹਿੰਗਾ ਅਤੇ ਸਾਰੇ ਗਹਿਣੇ ਦੇ ਦਿੱਤੇ। ਮੈਂ ਕੁਝ ਸਮੇਂ ਵਿੱਚ ਹੀ ਤਿਆਰ ਹੋ ਗਈ। ਉਹ ਆਦਮੀ ਵੀ ਕਮਰਾ ਸਜਾ ਕੇ ਚਲਾ ਗਿਆ ਸੀ। ਜੀਜੂ ਨੇ ਮੈਨੂੰ ਆਪਣੀ ਗੋਦ 'ਚ ਚੁੱਕ ਲਿਆ ਅਤੇ ਕਮਰੇ ਵਿੱਚ ਲੈ ਗਏ। ਉਹਨਾਂ ਨੇ ਮੈਨੂੰ ਬੈੱਡ 'ਤੇ ਬਿਠਾ ਦਿੱਤਾ। ਮੈਂ ਗੁਲਾਬ ਦੇ ਫੁੱਲ ਨੂੰ ਸੁੰਘਣ ਲੱਗੀ। ਮੈਂ ਨਵੀਂ ਵਿਆਹੀ ਦੁਲਹਨ ਲੱਗ ਰਹੀ ਸੀ। ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਅੱਜ ਮੇਰੇ ਵਿਆਹ ਦੀ ਰਾਤ ਹੈ। ਮੈਨੂੰ ਬਿਠਾ ਕੇ ਜੀਜੂ ਵੀ ਤਿਆਰ ਹੋਣ ਲਈ ਚਲੇ ਗਏ। ਉਹ 10 ਮਿੰਟ ਬਾਅਦ ਕਮਰੇ ਵਿੱਚ ਵਾਪਸ ਆ ਗਈ। ਉਹਨਾਂ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ। ਉਹ ਬਿਲਕੁਲ ਲਾੜੇ ਵਰਗੇ ਲੱਗ ਰਹੇ ਸਨ। ਹੁਣ ਜੀਜੂ ਮੇਰੇ ਕੋਲ ਆ ਕੇ ਬੈਠ ਗਏ ਅਤੇ ਮੇਰੀਆਂ ਅੱਖਾਂ ਵਿੱਚ ਵੇਖਣ ਲੱਗੇ। ਮੈਨੂੰ ਉਹਨਾਂ ਤੋਂ ਸੰਗ ਲੱਗ ਰਹੀ ਸੀ। ਫਿਰ ਜੀਜੂ ਨੇ ਹੌਲੀ ਹੌਲੀ ਮੇਰੇ ਸਾਰੇ ਗਹਿਣੇ ਉਤਾਰ ਦਿੱਤੇ। ਫਿਰ ਉਹ ਇੱਕ ਇੱਕ ਕਰਕੇ ਕਵਰ ਉਤਾਰਨ ਲੱਗੇ। ਹੁਣ ਉਹਨਾਂ ਨੇ ਮੈਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਮੈਂ ਵੀ ਉਤੇਜਿਤ ਹੋ ਰਹੀ ਸੀ। ਮੈਂ ਅੰਦਰੋਂ ਬਹੁਤ ਖੁਸ਼ ਸੀ, ਥੋੜ੍ਹੀ ਚਿੰਤਿਤ ਵੀ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਇਹ ਗਲਤ ਕਰ ਰਹੀ ਹਾਂ। ਫਿਰ ਵੀ ਮੈਂ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕੀ ਅਤੇ ਮੈਂ ਸਹੀ ਗਲਤ ਸਭ ਕੁਝ ਪਿੱਛੇ ਛੱਡ ਦਿੱਤਾ ਅਤੇ ਜੀਜੂ ਨਾਲ ਮਜ਼ੇਦਾਰ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ। ਲਗਭਗ ਕੁਝ ਮਿੰਟਾਂ ਤੱਕ ਜੀਜੂ ਨੇ ਮੇਰੇ ਨਾਲ ਕ੍ਰਿਕਟ ਖੇਡੀ ਅਤੇ ਫਿਰ ਉਹ ਆਊਟ ਹੋ ਗਏ। ਜੀਜੂ ਦੇ ਲਗਾਤਾਰ ਚੌਕੇ ਛੱਕਿਆਂ ਕਾਰਨ ਮੈਂ ਵੀ ਆਊਟ ਹੋ ਗਈ। ਉਸ ਰਾਤ ਜੀਜੂ ਦੇ ਸ਼ਰਾਰਤੀ ਚੇਤਨ ਨੇ ਮੈਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ। ਸਵੇਰੇ ਅਸੀਂ ਦੋਵੇਂ ਨਹਾ ਕੇ ਤਿਆਰ ਹੋ ਗਏ ਅਤੇ ਨਾਸ਼ਤਾ ਕਰਨ ਤੋਂ ਬਾਅਦ ਅਸੀਂ ਦੀਦੀ ਨੂੰ ਮਿਲਣ ਹਸਪਤਾਲ ਚਲੇ ਗਏ। ਦੀਦੀ ਨੂੰ 5 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਅਤੇ ਉਹਨਾਂ 5 ਦਿਨਾਂ ਦੌਰਾਨ ਜੀਜੂ ਨੇ ਮੇਰੇ ਨਾਲ ਹਰ ਰੋਜ਼ ਮਜ਼ੇਦਾਰ ਕ੍ਰਿਕਟ ਖੇਡੀ। ਫਿਰ ਜਦੋਂ ਮੇਰੀ ਦੀਦੀ ਘਰ ਆ ਗਈ ਤਾਂ ਦੀਦੀ ਦੇ ਸੌਣ ਤੋਂ ਬਾਅਦ ਜੀਜੂ ਮੇਰੇ ਨਾਲ ਉੱਪਰਲੇ ਕਮਰੇ ਵਿੱਚ ਕ੍ਰਿਕਟ ਖੇਡਦੇ ਸੀ। ਮੈਂ 1 ਮਹੀਨਾ ਉੱਥੇ ਰਹੀ ਅਤੇ ਮੈਂ ਉਹ ਸਾਰਾ ਮਹੀਨਾ ਜੀਜੂ ਨਾਲ ਬਹੁਤ ਮਸਤੀ ਕੀਤੀ। ਫਿਰ ਮੰਮੀ ਨੇ ਦੀਦੀ ਨੂੰ ਮੈਨੂੰ ਵਾਪਸ ਘਰ ਭੇਜਣ ਲਈ ਕਿਹਾ। ਇੱਕ ਦਿਨ ਦੀਦੀ ਜੀਜੂ ਨੂੰ ਕਹਿਣ ਲੱਗੀ, ਸੁਣੋ ਜੀ, ਮਾਨਸੀ ਇੰਨੇ ਦਿਨਾਂ ਤੋਂ ਇੱਥੇ ਆਈ ਹੋਈ ਹੈ, ਇਸ ਨੂੰ ਸ਼ੋਪਿੰਗ ਕਰਵਾ ਲਿਆਓ। ਫਿਰ ਜੀਜੂ ਮੈਨੂੰ ਬਾਜ਼ਾਰ ਲੈ ਗਏ ਅਤੇ ਮੈਨੂੰ ਸੋਹਣਾ ਜਿਹਾ ਸੂਟ ਲੈ ਕੇ ਦਿੱਤਾ। ਇਸ ਤਰ੍ਹਾਂ ਜੀਜੂ ਨਾਲ ਮੌਜ ਮਸਤੀ ਕਰਨ ਤੋਂ ਬਾਅਦ ਮੈਂ ਆਪਣੇ ਘਰ ਵਾਪਸ ਆ ਗਈ। ਸੋ ਦੋਸਤੋ, ਮਿਲਦੇ ਹਾਂ ਇੱਕ ਹੋਰ ਦਿਲਚਸਪ ਕਹਾਣੀ ਦੇ ਨਾਲ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਧੰਨਵਾਦ ਜੀ।